यो आकाशवाणी जम्मू है मोहम्मद अक्रम चौधरी ते खबर सुनो वज़ी अजम नरेंद्र मोदी ने क्यों है ज फ़िटनेस की डोज आधा घंटा रोज़ जैसा मंत्र ना जिंदगी में अपना गए सेहतमंद जिंदगी गुजारी जा सके त्राल माह हिफाजती दस्तान ने एक शिदत पसंद मार दिता है बड़गाम मां सी आर पी एफ को एक जवान शहीद हो गयो है लेफ्टिनेंट गवर्नर मनोज सिन्हा ने क्यों है ज बेहतरीन नज़मो जब्त संघ पूरा जम्मू कश्मीर मां हकूमत अवामी खिदमत करेगी माली कमिश्नर हेल्थ ਮੈਡੀਕਲ ਐਜੂਕੇਸ਼ਨ ਨੇ ਹਸਪਤਾਲਾਂ માં ਵਾਕਾ ਹੋ ਰਹੀ ਅੰਬਾਦ ਕੋ ਜਾਇਜ਼ੂ ਲਿਓ ਤੇ 4-5 ਰੋਜ਼ ਬੈਨ ਜ਼ੋਨ ਖੇਡ ਮੁਕਾਬਲੇ ਰਾਮਬਨ માં ਸ਼ੁਰੂ ਹੋ ਰਿਹਾ ਹੈ ਖਬਰਾਂ ਦੀ ਤਫਸੀਲ ਨਾਲ ਪਹਿਲਾਂ ਆਸੀਫ ਖਾਲਿਕ ਪਸਵਾਲ وزیر اعظم نریندر مودی نے آج جسمانی تندرستی بارے ہم وطناں نوں کچھ منتر دسے آں فٹنس کیر روز فٹنس کی ڈوز آدھا گھنٹہ روز دا موضوع ور وزیر اعظم نے کہو جے انسانی صحت تے خوشی اسیں منتر ما پوشیدہ ہے ویک قومی سطحا ور آن لائن جسمانی تندرستی بارے مکالمہ دے دوران تندرستی کا ماہرین نال گل بات کر ریا تھا جو پروگرام فٹ انڈیا موومنٹ دی پہلی سالگرہ ور رکھیو گیا اوتھوں جس میں شرکت کرن آں نے اپنی اپنی صحت و تندرستی بارے دسیو اور وزیر اعظم مودی کا صحت مند زندگی بارے خیالات سنیا جنوبی کشمیر کا ضلع پلوامہ کا ترال گلھاما علاقے کا مقام پر فاستی فوج اور دہشت گردوں درمیان ہوا ایک ٹکرا میں ایک دہشت گرد مارو گیا ہے اس دہشت گرد کی پہچان کی خاطر تحقیق چل رہی ہے ٹکرا کا مقام ورا اصل اور بارود بھی برآمد کیا گیا ہے ਅੱਜ ਬਡਗਾਮ ਦਾ ਕੈਸਰਮੁਲਾ ਚਾਡੋਰਾ ਇਲਾਕਾ ਮਾਂ ਸੀਆਰਪੀਐਫ ਕੋ ਇੱਕ ਜਵਾਨ ਉਸ ਵਕਤ ਸ਼ਹੀਦ ਹੋ ਗਿਆ ਜਦ ਮਿਲੀਟੈਂਟਾਂ ਨੇ ਸੀਆਰਪੀਐਫ ਦੀ ਸੜਕ ਖੋਲਣ ਵਾਲੀ ਟੀਮ 'ਤੇ ਹਮਲਾ ਕਰ ਦਿੱਤੋ ਮਾਰਿਆ ਗਿਆ ਜਵਾਨ ਦੀ ਸਰਵਸ ਰਾਈਫਲ ਸਮੇਤ ਇੱਕ ਮੈਗਜ਼ੀਨ ਦੇ ਤਰੀ ਗੋਲੀ ਵੀ ਮੌਕਾ ਉਪਰੋਂ ਮਿਲੀਟੈਂਟ ਲੈ ਕੇ ਫਰਾਰ ਹੋ ਗਿਆ ਇੱਕ ਪੁਲਿਸ ਅਫਸਰ ਦੇ ਮੁਤਾਬਕ ਸ਼ਿੱਦਤ ਪਸੰਦਾ ਨੇ ਸੀਆਰਪੀਐਫ ਦੀ 117 ਬਟਲਿਅਨ 'ਨਾ ਨਿਸ਼ਾਨਾ ਬਣਾਇਓ ਔਰ ਇੱਕ ਜਵਾਨ 'ਨਾ ਜ਼ਖਮੀ ਕਰ ਕੇ ਮੌਕਾ ਉਪਰੋਂ ਫਰਾਰ ਹੋ ਗਿਆ ਜ਼ਖਮੀ ਜਵਾਨ 'ਨਾ 92 ਬੇਸ ਹਸਪਤਾਲ ਸ਼੍ਰੀਨਗਰ ਮੰਤਕਲ ਕੀਓ ਗਿਆ ਜਿੱਥੇ ਡ दितो और शिदत पसंदा की पकड़ा तलाशी कार्रवाई जारी है जम्मू कश्मीर प्रदेश कांग्रेस कमेटी ने खागगा बी डीसी चेयरमैन की हलाकत पर डूंगा दुख अजहार किया है एक बयान में वाकया की मजम्मतव इस तरह की हलाकत ना बुजदला और शर्मनाक करार दितो है जम्मू कश्मीर कांग्रेस कमेटी ने कतलों का, खिलाफ सख्त कार्रवाई की मांग की है और क्यों है तमाम सरपंचा पंचा ना सिक्योरटी फराहम की जाए उनका ज़िला पुंछ में भी बी डी सी चेयरमैन भूपिंदर सिंह की हलाकत के ख़िलाफ़ एहतजाज करता हुआ मुजाहरीन ने पाकिस्तान आई एस आई के ख़िलाफ़ नाराबाजी की जिला रजौरी में बीजेपी युवा मोर्चा का मेबर ने टांगरी चौक में एहतजाज करता हुआ मतवाफी ना नाखराज अक़दत पेश किया और सरकार तो मुतालब किया कि पंचा सरपंचा दी डी सी की हिफाजत में इजाफो किया जाए ਲੈਫਟੀਨੈਂਟ ਗਵਰਨਰ ਮਨੋਜ ਸਿਨਾ ਨੇ ਦੁਹਰਾਇਆ ਹੈ ਕਿ ਸਰਕਾਰ ਪੂਰਾ ਜੰਮੂ ਕਸ਼ਮੀਰ ਮਾ ਲੋਕਾਂ ਨਾਲ ਮਰਕਜ਼ੀ ਅੱਛੀ ਨਜ਼ਮੋ ਜ਼ਬਤ ਆਲੋ ਟਾਂਚੋ ਦੇਣ ਦੀ ਵਾਦਾ ਬੰਦ ਹੈ ਜਿਸ ਮਾ ਇੰਤਜ਼ਾਮੀਆ ਮੁੱਚ ਹਸਾਸ ਤਰੀਕਾ ਨਾਲ ਲੋਕਾਂ ਗੈ ਤਈ ਜਵਾਬ ਦੇ ਵੈਗੀ ਔਰ ਜ਼ਿੰਮੇਵਾਰੀ ਨਾਲ ਕੰਮ ਕਰੇਗੀ ਤਾਂ ਜੇ ਲੋਕਾਂ ਦਾ ਮਸਾਇਲ ਔਰ ਮੁਸ਼ਕਲਾਂ ਦਾ ਨਿਮੇੜਿਓ ਜਾ ਸਕੇ ਗੁਜ਼ਸ਼ਤਾ ਰੋਜ਼ ਅਖਨੂਰ ਮਾ ਆਵਾਮੀ ਇਤਬਾਨ ਨਾਲ ਖਤਾਬ ਕਰਤਾ ਮਾ ਲੈਫਟੀਨੈਂਟ ਗਵਰਨਰ ਮਸੂਫ ਨੇ ਲੋਕਾਂ ਨਾਲ ਯਕੀਨ ਦਿਹਾਨੀ ਕਰਾਈ ਜੇ ਉਹਨਾਂ ਦਾ ਜਾਇਜ਼ ਮਸਾਇਲ ਕੋ ਨਿਮੇੜੋ ਹੋਣ तयशुदा वक्तिकियो जाओ ਦੂਜਾ ਦਿਨ ਮੇ ਬਲਾਕ ਤਿਆੜਾ ਦਾ سلسلہ ਮਾ ਜ਼ਿਲ੍ਹਾ ਤਰਕੀਆਤੀ ਕਮਿਸ਼ਨਰ ਰਾਮਬਨ ਜਨਾਬ ਨਾਜ਼ਮ ਜ਼ੈਹ ਖਾਨ ਨੇ ਇੱਕ ਬੜਾ ਆਵਾਮੀ ਰਸਾਈ ਪ੍ਰੋਗਰਾਮ ਦੀ ਨਿਗਰਾਨੀ ਕਰਤਾ ਵਾ ਤਹਿਸੀਲ ਪੋਗਲ ਪ੍ਰਸਤਾਨ ਦਾ ਉਖਰਾਲ ਬਲਾਕ ਹੈਡ ਕੁਆਰਟਰ ਉਰ ਲੋਕਾਂ ਦਾ ਮਸਲਾ ਮਸਾਇਲ ਸੁਣਿਆ ਔਰ ਜ਼ਿਆਦਾਤਰ ਮਸਾਇਲ ਮੌਕਾਵਾਰੀ ਹਲਕਿਆ ਡੀਡੀਸੀ ਮੌਸੂਫ ਨੇ ਮਤਲਕਾ ਐਸ.ਡੀ. ਦੇ ਡੀ.ਪੀ.ਓ ਨਾਹਦਤ ਜਾਰੀ ਕੀ ਹੈ ਜੇ ਪੰਚਾਇਤੀ ਰਾਜ ਅਦਾਰਾਂ ਵਾਸਤੇ ਸਲਾਹੀਤੀ ਤੈਮੀਰ ਪ੍ਰੋਗਰਾਮ ਮਨਕਤ ਕਰਵਾਇਆ ਜੇ ਤਾਂ ਜੇ ਰੋਜ਼ਮਰਾਗ ਸਰਕਾਰੀ ਕੰਮਕਾਜ ਮਕ ਕਿਸੇ ਤਰ੍ਹਾਂ ਦੇ ਦੁਸ਼ਵਾਰੀ ਨਾ ਦੂਰ ਕੀ ਜਾ ਸਕੈ ਇਸ ਮੌਕੇ ਉਰ ਜਨਾਬ ਨਾਜ਼ਮ ਜ਼ੈਹ ਖਾਨ ਨੇ ਆਰਬੀਏ ਡੋਮਿਸਲ ਸਰਟੀਫਿਕੇਟ ਤੇ ਕੇਸੀਸੀ ਕਾਰਡ ਵੀ ਤਕਸੀਮ ਕੀਤਾ ਇਸ ਕੇ علاوہ ਨੌਜਵਾਨਾਂ ਨਾ ਖੇਡ ਕਿਟ ਵੀ ਵੰਡਿਆ ਗਿਆ ਤਾਂ ਜੋ ਇਸ ਇਲਾਕਾ ਮਾ ਖੇਡ ਨਾ ਬਦੋ ਦਿੱਤੋ ਜਾ ਸਕੈ ਦ ਖਬਰਾਂ ਦਾ ਬਾਕੀ ਹਿੱਸਾ ਨਾਲ ਮੁਹੰਮਦ ਅਕਰਮ ਚੌਧਰੀ ਸਦਰ ਜਮਹੂਰੀਆ ਰਾਮਨਾਥ ਕੋਵਿੰਦ ਨੇ ਅੱਜ ਸਾਲ 2018 ਔਰ 19 ਵਾਸਤੇ ਵਰਚੁਅਲ ਤਰੀਕਾ ਨਾਲ ਕੌਮੀ ਖਿਦਮਤ ਸਕੀਮ ਅਨਾਮਤ ਜਾਰੀ ਕੀਤੇ ਹੈ 2018 ਔਰ 19 ਸਾਲ ਵਾਸਤੇ ਐਨਐਸਐਸ ਅਨਾਮਤ ਤਿੰਨ ਬਖ ਬਖ ਜ਼ੁਮਰਾ ਮਾ ਬਤਾਲੀ ਇਨਾਮ ਜਿੱਤਣ ਵਾਲਾ ਨਾ ਯੂਨੀਵਰਸਿਟੀ ਐਨਐਸਐਸ ਯੂਨਿਟਾਂ ਔਰ ਪ੍ਰੋਗਰਾਮ ਅਫਸਰਾਂ ਔਰ ਐਨਐਸਐਸ ਰਜ਼ਾਕਾਰਾਂ ਨਾਲ ਦਿੱਤਾ ਗਿਆ ਹੈ ਨੌਜਵਾਨ ਮਾਮਲਾ ਵਾ ਖੇਡਾਂ ਦਾ ਵਜ਼ੀਰ ਕਿਨਨ ਰਿਜੂ ਨੇ ਵਿਗਿਆਨ ਭਵਨ ਨਵੀਂ ਦਿੱਲੀ ਤੋਂ ਇਸ ਤਕਰੀਬ ਮਾਹੀ ਸੋਲੀਓ ਇਸ ਮੌਕਾ ਵਰ बोलता वहाँ सदर जमूरिया ने क्यों जे कौमी खिदमत स्कीम मकसद जे को मकसद खिदमत के जरिए तलीम देन है सेहत और तिब्बी का माली कमिश्नर अटल डुल्लू ने आज मीटिंग बुलागै मौतों की रोकथाम की तैयारियों को तफसीली जायजा लियो माली कमिश्नर ने सीनियर अफसर तो हस्पता में मौजूद आक्सीजन दार और बगैर आक्सीजन वेंटिलेटर आला अलग थलग बिस्तर की दस्तयाबी बारे जाने पालो इस दौरान उन्होंने डॉक्टर और दूजा मेडिकल अमला बारे भी जानकारी हासिल की मौतों फिक्रमंदी जाहिर करता कमिश्नर मसूफ ने अफसर ना इलाज और मुआलजा मुतलक मजलसी अदाब न ना सख्ती अपना वास्ते कहो उन्होंने होशियार करता कहो जो किस तरह की लापरवाही व सख्ती निबड़ो जाएगा ਉਨਾ ਨੇ ਮਜ਼ੀਦ ਕਿਉਂ ਡਾਕਟਰਾਂਸ ਮੇ ਦੂਜੋ ਅਮਲੋ ਦਸਤਿਆਬ ਰਹਾ ਔਰ ਲਗਾਤਾਰ ਵਾਡਨਾ ਵਾਡਾ ਮਾ ਤਿਆਰ ਕੀਆ ਗਿਆ ਰੋਸਟਰ ਮੁਤਾਬਕ ਚੱਕਰ ਲਾਵੇ ਕਮਿਸ਼ਨਰ ਮौसीਫ ਨੇ ਅਫਸਰਾ ਨਾਹਦਾਈ ਜਾਰੀ ਕੀਏ ਜੇਵੇ ਕੋਵਿਡ ਔਰ ਗੈਰ ਕੋਵਿਡ ਮਰੀਜ਼ਾ ਨਾ ਬਗੈਰ ਤਾਖੀਰ ਅਲਗ ਅਲਗ ਵਾਡਨਾ ਮਾ ਰਖੇ ਤਾਂ ਜੇ ਇੰਤਜ਼ਾਮੀਆਂ ਵਰ ਖਾਸ ਜ਼ੋਰ ਪਾਇਓ ਜਾ ਸਕੈ जम्मू कश्मीर बीजेपी का नायब सदर डॉक्टर नरेंद्र सिंह ने हालिया पास किया गया हजरात बिल्ला बुल किसान वास्ते फायदेमंद करार दिता है और क्यों है जी इस नाल किसान अपनी पैदावार की मुनासिब कीमत हासिल कर सकेगा उन्होंने क्यों जी नवा पास किया गया बिल्ला की मदद न जरी शोभा मरक्की रस्ता खुलेगा नाले निजी सरमायाकारी संघ रोज़गार का मौका मिलेगा ਡਾਕਟਰ ਨਰਿੰਦਰ ਸਿੰਘ ਨੇ ਅੱਜ ਪਾਰਟੀ ਦਾ ਦਫ਼ਤਰ ਤ੍ਰਿਕੂਟਾ ਨਗਰ ਜੰਮੂ ਮਾ ਇੱਕ ਪ੍ਰੈਸ ਕਾਨਫਰੰਸ ਨਾਲ ਖਿਤਾਬ ਕਰ ਰਿਹਾ ਥਾ ਜਿੱਤ ਉਹਨਾਂ ਨੇ ਪਾਰਟੀ ਦਾ ਦੂਜਾ ਸੀਨੀਅਰ ਰਹਿਨਮਾ ਵੀ ਮੌਜੂਦ ਥਾ ਜਨਾਬ ਵੇਲੀ ਪਾਵਰ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੀ ਨਵੀਂ ਸਾਲਾਨਾ ਜਨਰਲ ਮੀਟਿੰਗ ਅੱਜ ਜੰਮੂ ਮਾ ਹੋਈ ਇਸ ਮੀਟਿੰਗ ਦੀ ਸਦਾਰਤ ਸੀਵੀਪੀਪੀਪੀਐਲ ਦਾ ਚੇਅਰਮੈਨ ਸੁਰੇਸ਼ ਕੁਮਾਰ ਕਰ ਰਿਹਾ ਥਾ ਸਾਲਾਨਾ ਜਨਰਲ ਮੀਟਿੰਗ ਮਾ ਸਾਲ ਵੀ ਵਸਤੇ ਸਾਲਾਨਾ آمدੋ ਖਰਚ ਦਾ ਹਿਸਾਬ ਨਾਲ ਵੀ ਮਨਜ਼ੂਰ ਕੀਯੋਗਿਓ ਥੋ ਵਰਚੁਅਲ ਤਰੀਕਾ ਵਰ ਹੋਣ ਵਾਲੀ ਇਸ ਮੀਟਿੰਗ ਨਾਲ ਬੋਰਡ ਮੈਂਬਰਾਂ ਵਾ ਕਾਨੂੰਨੀ ਮਹਾਸਭ ਨੇ ਵੀਡੀਓ ਕਾਨਫਰੰਸ ਕੇ ਜ਼ਰੀਏ ਹਿੱਸੋ ਲੀਓ ਮੀਟਿੰਗ ਮਾ ਜਾਣਕਾਰੀ ਦਿੱਤੀ ਗਈ ਹੈ ਜੇ ਕਿਰੀ ਐਚ ਯੂ ਮਨਸੂਬਾ ਦਾ ਤਮਾਮ ਤਰ੍ਹਾਂ ਪੈਕੇਜ ਜਿਨ ਮਾ ਸਿਵਲ ਐਚ ਐਮ ਔਰ ਈ ਐਮ ਸਾਲ ਗਏ ਦੌਰਾਨ ਹੁਕਮ ਦਿੱਤੋ ਗਿਓ ਥੋ ਔਰ ਇਸ ਵਰਕਮ ਵੀ ਸ਼ੁਰੂ ਕੀਯੋਗਿਓ ਹੈ ਡਾਇਰੈਕਟਰ ਜੰਮੂ ਕਸ਼ਮੀਰ ਖਾਦੀ ਤੇ ਗ੍ਰਾਈ ਸੰਨਤ ਬਾਰੇ ਕਮਿਸ਼ਨ ਯਾਨੀ ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ ਜਨਾਬ ਐਸਪੀ ਖੰਦੀਵਾਲ ਨੇ ਕਿਉ ਜੇ ਕਮਿਸ਼ਨ ਲੋਕਾਂ ਦਾ ਫਾਇਦਾ ਵਾਸਤੇ ਉਹਨਾਂ ਤੱਕ ਰਸਾਈ ਹਾਸਲ ਕਰਨੋ ਚਾਹਵੇ ਉਹਨਾਂ ਨੇ ਕਿਉ ਜੇ ਕੇਵੀਆਈਸੀ ਕੋਲ ਐਸੀ ਮਤੀ ਸਾਰੀ ਸਕੀਮ ਹੈ ਜਿਹੜੀ ਜੰਮੂ ਕਸ਼ਮੀਰ ਦਾ ਬਸ਼ਿੰਦਾ ਵਾਸਤੇ ਫਾਇਦੇਮੰਦ ਸਾਬਤ ਹੋ ਸਕੇ ਜਨਾਬ ਖੰਡੀਵਾਲ ਨੇ ਮਜ਼ੀਦ ਦੱਸਿਓ ਜੇ ਵਜ਼ੀਰ ਆਜ਼ਮ ਏਮਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਦੇ ਤਹਿਤ ਜੰਮੂ ਕਸ਼ਮੀਰ ਮਾ ਕੇਵੀਆਈਸੀ ਨੋਡਲ ਏਜੰਸੀ ਦੀ ਹیثیت ਨਾਲ ਕੰਮ ਕਰ ਰਹੀ ਹੈ ਜਿਸ ਦੇ ਤਹਿਤ 35 ਫੈਸਲਾ ਅਮਦਾਦ ਸੰਗ ਟ੍ਰੇਨਿੰਗ ਦਿੱਤੀ ਜਾਏ ਵੇ ਵੀਡੀਓ ਕਾਨਫਰੰਸ ਗੈਜ਼ਰੀਅਤ ਤਰਬੀਅਤ ਹਾਸਲ ਕਰਨ ਵਾਲਾ ਲੋਕਾਂ ਨਾਲ ਗੱਲਬਾਤ ਕਰ ਰਿਹਾ ਥਾ ਉਹਨਾਂ ਨੇ ਇਹ ਵੀ ਕਿਹਾ ਜੇ ਗਾਂਧੀ ਜੈਨਤੀ ਤੋਂ ਕਿਬਲ 500 ਲੋਕਾਂ ਨਾਲ ਬਖ ਬਖ ਜ਼ੁਮਰਾ ਮਾ ਤਰਬੀਅਤ ਦਿੱਤੀ ਜਾਏਗੀ ਤੇ ਇਸ سلسلہ ਮਾ ਤਰਬੀਤੀ ਮਰਕਜ਼ ਪੀ ਐਮ ਟੀ ਸੀ ਨੇ ਪਹਿਲਾਂ ਹੀ 12 ਤਰਬੀਤੀ ਕੋਰਸ ਸ਼ੁਰੂ ਕਰ ਦਿੱਤਾ ਹੈ ਕਠੂਆ ਮਾ ਅੱਜ ਇੰਟਰ ਜ਼ੋਨ ਖੇਡ ਮੁਕਾਬਲੋ ਖਤਮ ਹੋ ਗਿਓ ਹੈ ਆਖਰੀ ਖੇਡਾਂ ਕੋ ਮੁਕਾਬਲੋ ਖੋ ਖੋ ਵਾਲੀਬਾਲ ਔਰ ਕ੍ਰਿਕਟ ਕੋ ਖੇਡ ਮੈਦਾਨ ਕਠੂਆ ਮਾ ਹੂ ਇੰਟਰ ਜ਼ੋਨ ਖੇਡ ਕੋ ਕਿਆਮ ਜ਼ਿਲ੍ਹਾ ਨੌਜਵਾਨ ਖਿਦਮਤ ਖੇਡਾਂ ਬਾਰੇ ਮਹਿਕਮਾ ਕਠੂਆ ਨੇ ਕੀਓ ਜਿਸ ਮਾ 12 ਜ਼ੋਨਾ ਗਾ ਖੇਡਾਂ ਨੇ ਖਿਡਾਰੀਆਂ ਨੇ ਜ਼ਿਲ੍ਹਾ ਕਠੂਆ ਤੇ ਹਿੱਸਾ ਲਿਓ दे आखिर में खास खास खबर एक बार फिर वजीर आजम नरेंद्र मोदी ने क्यों है जी फिटनेस की डोज आधा घंटा रोज़ जैसा मंत्र ना जिंदगी में अपना सेहतमंद जिंदगी गुजारी जा सके तराल मां हिफाजती दस्तान ने एक शिद्दत पसंद मार दिता है जबकि बड़गाम मां सी आर पी एफ को एक जवान शहीद हो गया हो लैफ्टिनेट गवर्नर मनोज सिन्हा ने क्यों है ज बेहतरीन नज़म ज़ब्त संघ पूरा जम्मू कश्मीर मां हुकूमत अवामी खिदमात करेगी फाइनैशियल कमिश्नर हेल्थ एंड मेडिकल एजुकेशन ने अस्पताल मां वाकया हो रही अमवात के बारे जाइज़ोली फिटनैस इंडिया मूवमेंट खां मौक़ा व चारि रोज़ा बेन ज़ोन खेॾ मुक़ाबिला रामबन मां शुरू हुआ देड़ी गोजरी ख़बरां इहो गो बुलिन मुकियो